ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਧੀਆ ਫਾਰਮ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਚੱਠਾ, ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ। ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਚਾਰ ਮੱਝਾਂ ਦਿਖਾਉਣੀਆਂ, ਚੰਗੇ ਦੁੱਧ ਵਾਲੀਆਂ ਤੁਹਾਨੂੰ ਮੱਝਾਂ ਅੱਜ ਚਾਰ ਹੀ ਦਿਖਾਵਾਂਗੇ। ਚੰਗੀਆਂ ਮੱਝਾਂ ਜਿਹੜੀਆਂ ਮੇਰੇ ਨੇ ਸੋਹਣੀਆਂ ਲਿਆਂਦੀਆਂ ਵਾ, ਅਤੇ ਦੋ ਗਾਵਾਂ ਤੁਹਾਨੂੰ ਹੌਲੇ ਭੱਜ ਦਿਖਾਉਣੀਆਂ, ਬੱਚੇ ਤੋਂ ਬਗੈਰ। ਆਹ ਦੇਖ ਸਕਦੇ ਜੀ, ਆਹ ਦੋਵੇਂ ਗਾਵਾਂ ਜਿਹੜੀਆਂ ਬੱਚੇ ਤੋਂ ਬਗੈਰ ਤੁਹਾਨੂੰ ਦਿਖਾਵਾਂਗੇ। ਗੱਲਬਾਤ ਹੁਣ ਆਪਾਂ ਵੀਰ ਨਾਲ ਕਰਦੇ ਹਾਂ, ਪੁੱਛਦੇ ਹਾਂ ਸਾਰੀ ਡਿਟੇਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਹੋਰ ਸੁਣਾ, ਠੀਕ ਠਾਕ ਜੀ? ਵਧੀਆ ਵਧੀਆ ਜੀ। ਵੇਖ ਗਿਆ ਫਿਰ ਪਰਸੋਂ ਵਾਲਾ ਮਾਲ? ਹਾਂਜੀ ਹਾਂਜੀ, ਵੇਖ ਗਿਆ ਜੀ। ਠੀਕ ਹੈ ਜੀ। ਵੇਖ ਗਿਆ, ਕਈਆਂ ਵੀਰਾਂ ਸਾਈ ਭਾਈ ਉਹ ਫਿਰ ਲੰਗਰ ਕਢਾਉਣ ਵਾਲੇ ਆ। ਅੱਛਾ ਜੀ, ਦਿਹਾੜੀ ਖਲੋ ਕੇ ਖੜਨੇ ਸੀ। ਠੀਕ ਹੈ ਜੀ, ਸੋਮਵਾਰ ਖੜਨੇ ਆ, ਮੈਂ ਸੋਮਵਾਰ ਲੈ ਲਿਓ ਸਾਈ ਪਾਤੀ ਆ। ਠੀਕ ਹੈ ਜੀ, ਇਹਨੇ ਸਾਈ ਪਾਤੀ ਲੰਗਰ ਉਹਦਾ ਆ। ਠੀਕ ਹੈ, ਹਾਂਜੀ। ਆਹੋ ਚਲੋ, ਕਈ ਵਾਰੀ ਫਿਰ ਦਿਹਾੜੀ ਤੰਗ ਲੱਗ ਵੀ ਜਾਂਦਾ ਵਾ। ਜਾਂਦਾ ਨੇ ਐਤਵਾਰ ਛੁੱਟੀ ਛਾਟੀ, ਪੈਸੇ ਕੋਈ ਇੰਨਾ ਨਹੀਂ, ਮੁੰਡਾ ਸੋਮਵਾਰ ਖੜਨੇ ਵੀ, ਤਾਂ ਸੋਮਵਾਰ ਲੈ ਜਿਓ। ਠੀਕ ਹੈ, ਹਾਂਜੀ। ਤੇ ਚਲੋ ਨਾਮ ਦੱਸ ਦੇ ਕਰੀਏ ਆਪਣਾ। ਜਤਿੰਦਰ ਸਿੰਘ, ਪਿੰਡ ਚੱਠਾ, ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ। ਤੇ ਫੋਨ ਨੰਬਰ ਬੋਲ ਦੇ ਕਰੀ? 90568 57 52। ਠੀਕ ਹੈ ਜੀ, ਹਾਂਜੀ, ਕਰੀਏ ਸ਼ੁਰੂ ਫਿਰ ਵੀਰ ਜੀ। ਹਾਂਜੀ ਹਾਂਜੀ, ਕੱਲ੍ਹ ਹੋਏ ਵੀਰ ਜੀ ਫਿਰ ਪ੍ਰੋਗਰਾਮ? ਆਹ ਕੱਲ੍ਹ ਫਿਰ ਉੱਧਰ ਗਏ ਸੀ, ਉਹ ਰਿਸ਼ਤੇਦਾਰਾਂ 'ਚ ਕੋਈ ਪ੍ਰੋਗਰਾਮ ਸੀ, ਅਤੇ ਕਈ ਵੀਰਾਂ ਦੇ ਮੈਨੂੰ ਸਵੇਰ ਦੇ ਫੋਨ ਆ ਗਏ ਕਿ ਫਿਰੋਜ਼ਪੁਰ ਵਾਲੀ ਵੀਡੀਓ ਕਦੋਂ ਆਉਣੀ ਆ, ਅਤੇ ਆਪਾਂ ਤਾਂ ਗਏ, ਚਲੋ ਵੈਸੇ ਪ੍ਰੋਗਰਾਮ 'ਤੇ ਗਏ ਸੀ, ਉੱਧਰ ਤੇ ਵੀਡੀਓ ਬਣਾਉਣ ਨਹੀਂ ਗਏ ਸੀ, ਅਤੇ ਬਾਕੀ ਵੀਰ ਕਾਫੀ ਵੀਰਾਂ ਦੇ ਸਾਨੂੰ ਸਵੇਰ ਦੇ ਫੋਨ ਆ ਗਏ ਕਿ ਉਹ ਵੀਡੀਓ ਕਦੋਂ ਆਉਣੀ ਆ। ਅਤੇ ਸ਼ੁਰੂਆਤ ਫਿਰ ਆ ਪਹਿਲੇ ਨੰਬਰ ਵਾਲੀ ਝੋਟੀ ਤੋਂ ਜਿਹੜੀ ਆਪਾਂ ਕਰ ਲਈ, ਹਰਿਆਣੇ ਦੀ ਲੱਭ ਲਿਆਂਦੀ ਯਾਰ ਕੀ ਜੀ ਝੋਟੀ ਲਈ ਅਸੀਂ ਇੱਧਰੋਂ ਆ। ਅੱਛਾ, ਰਿਸ਼ਤੇਦਾਰਾਂ ਕੋਲ ਐਡਰੈਸ ਵੀ ਦੱਸ ਦਾਂਗੇ ਮੈਂ ਆਪਣੇ ਮਾਸੜ ਸਕੇ ਕਿ ਝੋਟੀ ਲਈ, ਤੇ ਮੰਮੀ ਦੇਖੋ। ਹਾਂਜੀ ਹਾਂਜੀ, ਆਹ ਸਾ ਜਿਹੜੇ ਸੂਏ ਹਰਿਆਣੇ ਦੀ ਝੋਟੀਆਂ ਲਿਆਏ ਆ ਉਹ। ਅੱਛਾ, ਉਹਨਾਂ ਦਾ ਬਹੁਤ ਟੌਪ ਤੋਂ ਟੌਪ ਦੇ ਡੰਗਰ ਆ। ਠੀਕ ਹੈ, ਉਹ ਆਪ ਚਲੋ ਉਹਨਾਂ ਦੇ ਬੱਚੇ ਬਾਹਰ ਦੇ, ਉਹਨਾਂ ਦੂਜਾ ਮਰਾ ਬੰਦਾ ਰੱਖਿਆ ਉਹ ਡਾਂਡਿਆ ਸੀ। ਅੱਛਾ, ਉਹਨਾਂ ਕੱਲ੍ਹ ਹੀ ਮੈਨੂੰ ਫੋਨ ਕੀਤਾ ਸੀ, ਦੇ ਦੇਣੀ ਝੋਟੀ ਸੀ, ਆ ਲੈ ਲਓ ਮੱਝਾਂ। ਅੱਛਾ, ਕਿਉਂਕਿ ਝੋਟੀ 1 ਲੱਖ 5 ਹਜ਼ਾਰ ਦੀ ਪਹਿਲਾਂ ਲਿਆਏ ਸੀ ਉਧਰੋਂ ਹੀ। ਅੱਛਾ, ਝੋਟੀ ਨੇ ਪਹਿਲਾਂ ਨੇ 13 ਚੰਦ ਕੋਲ ਦੁੱਧ ਚੋ ਆਇਆ, ਹੁਣ ਸੂਆ ਕਿਨਾ ਸੇਵਾ ਤੇ ਯਾਰ ਕਾ ਦੂਜੇ ਸੂਏ ਝੋਟੀ। ਅੱਛਾ, ਹੁਣ ਦੂਸਰਾ ਸੂਆ ਆ। ਝੋਟੀ ਵੇਖੋ, ਐਡੀ ਝੋਟੀ ਐਡੀ ਲੱਭਦੀ ਨਹੀਂ ਹੈ ਇਧਰੋਂ। ਸਾਂਭੀ ਚੰਗੀ ਆ ਹਨਾ, ਕੱਦ ਕਾਠ ਵੀ ਜਿਹੜਾ ਪੂਰਾ ਖੁੱਲਾ ਹੈ, ਮੇਰੇ ਮੋਢਿਆਂ ਤੱਕ ਝੋਟੀ ਆਉਂਦੀ, ਮੇਰੀ ਹਾਈਟ ਵੇਖੋ ਤੇ ਝੋਟੀ ਦੀ। ਤੇ ਪਿੱਠ ਪੂੜਾ ਵੀ ਚੰਗਾ ਹੈ। ਚਲੋ ਬਾਕੀ ਇੱਧਰ ਵੀ ਵੀਰ ਜੀ ਹੁਣ ਚੰਗੀ ਸਾਂਭ ਕੀਤੀ ਆ ਜਿਨ੍ਹਾਂ ਦੇ ਕੋਲੋਂ ਆਈ ਆ। ਤੇ ਕਿੰਨਾ ਕੁ ਟਾਈਮ ਵੀਰ ਜੀ ਖੜਦੇ ਸੂਨ 'ਚ? ਇਹਦੇ ਭਾਅ ਜੀ ਉਹਨਾਂ ਤਰੀਕ ਨੇ ਜੀ 5 ਸਤੰਬਰ ਦੀ ਬਣੀ ਆ, 5 ਤਰੀਕ ਨੂੰ 10 ਮਹੀਨੇ ਪੂਰੇ। ਅੱਛਾ, ਹਾਂ, ਅਜੇ ਮਤਲਬ ਹਫਤਾ ਕੁ ਖੜਦੀ ਆ ਕਿ ਹਫਤਾ 10 ਦਿਨ ਖੜਦੀ? ਹਫਤੇ ਹੋ ਵੱਧ ਹੀ ਲੈਣੇ ਭਾਈ, 2-4। ਬਾਕੀ ਥਾਣਾ ਦੀ ਪਿੱਛੇ ਦੀ ਸਾਡੀ ਗਰੰਟੀ, ਦੁੱਧ ਵੀ 14-15 ਕਿਲੋ ਉਹਦਾ ਪਹਿਲਾਂ ਥੱਲੇ ਉਹਦਾ 14-15 ਨੋਰਮਲ ਸੇਵਾ ਦੀ ਹੋਇਆ। ਅੱਛਾ, ਮੈਂ ਆਰਕਾ ਵੀ ਦੁੱਧ 14-15 ਕਿਲੋ ਵਧਾਈ ਗਈ, ਇਹਨੂੰ ਵੱਧ ਦੇ ਸਕਦੀ ਹੈ 14-15 ਤੱਕ ਜਾ ਸਕਦੀ ਜਿਹੜਾ, ਹਨਾ? ਝੋਟੀ ਬਾਕੀ ਦੇਖਦੀ ਹੈ ਵੀਰ ਜੀ, ਜਿਹੜਾ ਸਮਝਦਾਰ ਉਹਨੇ ਦੇਖ ਕੇ ਅੰਦਾਜ਼ਾ ਲਾ ਲੈਣਾ ਹੈ। ਖੋਲੋ ਹਾਂ ਫਿਰ ਤੋਰੀ ਇੱਕ ਕਰੀ, ਬਾਕੀ ਕੱਦ ਕਾਠ ਜਿਹੜਾ ਇਹਦਾ ਚੰਗਾ ਵਾ, ਕਾਫੀ ਖੁੱਲੇ ਢਾਂਚੇ ਦੀ ਆ, ਤੇ ਬੋਡੀ ਵੇਟ ਵੀ ਜਿਹੜਾ ਇਹਦਾ ਚੰਗਾ। ਥਾਣੇ ਦੇ ਕਰੀ ਤੁਹਾਨੂੰ ਲੱਗ ਗਿਆ ਤਾਂ ਦਿਖਾ ਦਈਏ, ਆਹ ਦੇਖ ਸਕਦੇ ਜੀ ਥਾਣਾ, ਅਜੇ ਹਫਤਾ 10 ਦਿਨ ਜਿਹੜਾ ਸੂਨ 'ਚ ਖੜਦੀ ਆ, ਆਹ ਦੇਖ ਸਕਦੇ। ਸਾਂਭੀ ਸੂੰਭੀ ਚੰਗੀ ਆ ਜਿਹੜੀ, ਬਾਕੀ ਹਵਾਨਾ ਵੀ ਥੱਲੇ ਚੰਗਾ ਤਿਆਰ ਕਰੋਗੇ, ਕੰਪੈਕਟ ਜਿਹਾ ਹਵਾਨਾ ਜਿਹੜਾ ਇਹਨੇ ਬਣਾਉਣਾ। ਪਛਾਣ ਹਵਾਨਾ ਜਿਹੜਾ ਸੋਹਣਾ ਦਿਖਾਊਗੀ, ਇਹ ਢਿੱਲਾ ਹਵਾਨੇ 'ਚ ਕਾਫੀ। ਬਾਕੀ ਕੋਈ ਵੀਰ ਇੱਥੇ ਆ ਕੇ ਪਸੰਦ ਕਰੇ, ਪਸੰਦ ਜ਼ਰੂਰ ਆਊਗੀ, ਸੋਹਣੀ ਝੋਟੀ ਆ ਜਿਹੜੀ, ਮੁੱਲੇ ਤਾਂ ਪੁੱਛ ਲੈਂਦੇ ਹਾਂ। ਅਤੇ ਇਹਦੇ ਵੀਰ ਜੀ ਫਿਰ ਪਹੁੰਚ ਹੀ ਕਰ ਦਿਓ, ਕਿੰਨੇ 'ਚ ਪਹੁੰਚ ਕਰੋਗੇ ਇਹਦੀ? ਲੱਖ ਤੇ ਫਿਰ ਚਲੋ, ਝੋਟੀ ਤੇ ਚਲੋ ਸੋਹਣੀ ਆ ਭਾਜੀ, ਝੋਟੀ ਹੈ ਵੀ 1 ਲੱਖ ਰੁਪਏ ਦੀ ਆ। ਹਾਂਜੀ ਹਾਂਜੀ, ਝੋਟੀ ਹਫਤਾ 1 ਕੱਚੀ ਆ। ਹਾਂਜੀ ਹਾਂਜੀ, ਹਫਤਾ ਝੋਟੀ ਸਾਂਭ ਕੇ ਤੁਹਾਨੂੰ ਮੈਂ ਕਹਿਣਾ ਨਾ ਭਾਜੀ ਤਿਆਰ ਕਰਕੇ, ਉਹਨਾਂ ਨੇ ਆਖਿਆ ਨਹੀਂ ਪਾ ਦਿਓ ਝੋਟੀ ਚੰਗੀ ਆ। ਹਾਂਜੀ ਹਾਂਜੀ, ਬਾਕੀ 1 ਲੱਖ ਰੁਪਏ ਦੀ ਝੋਟੀ ਵੀ ਕਹਿੰਦਾ। ਬਾਕੀ ਚਲੋ ਜਿੰਨੇ ਕੁ ਦਿਨ ਦੇ ਰਹਿੰਦੇ ਆ ਸੋਨ 'ਚ, ਇੰਨੇ ਕੁ ਦਿਨ ਪਿੱਛੋਂ ਜਾ ਕੇ ਦਿਲ ਆ ਜਾਂਦਾ ਫਿਰ ਆਪਣੇ ਪੂਰੇ ਟਾਈਮ ਤੇ ਸੁਣਦਾ ਵਾ, ਹਨਾ? ਠੰਡੀ ਦੇਖੋ ਝੋਟੀ ਕਿੱਦਾਂ ਦੀ ਆ। ਹਾਂਜੀ ਹਾਂਜੀ, ਕਿੰਨਾ ਫਿਰ ਸ਼ਾਮ ਛੱਡ ਦਿਓ ਫਿਰ 1 ਲੱਖ 'ਚ? 82 ਹਜ਼ਾਰ 'ਚ ਪਹੁੰਚ ਕਰ ਦਾਂਗੇ। ਅੱਛਾ, 82 ਹਜ਼ਾਰ 'ਚ ਪਹੁੰਚ, 82 'ਚ ਕਰ ਦਾਂਗੇ। ਠੀਕ, 18 ਹਜ਼ਾਰ ਹੀ ਮਾਨ ਕਰ ਦੇਣਾ। 18 ਹਜ਼ਾਰ ਹੀ ਮਾਨ ਕਰਾਂਗੇ, ਝੋਟੀ ਜੇ ਸਾਂਭ ਲਈਏ, ਸਵਾਲ ਹੀ ਝੋਟੀ 1 ਲੱਖ ਰੁਪਏ ਦੀ ਆ। ਹੋਰ ਕਰ ਦੋਗੇ ਮਾਨ ਵਿੱਚ? ਚਲੋ ਕੋਈ ਵੀਰ ਫੋਨ ਲਾਏ ਕਰ ਦਾਂਗੇ, ਬਾਕੀ ਕਿਸੇ ਵੀਰ ਨੂੰ ਘਾਟੇ ਵੰਦ ਨਹੀਂ ਸਕਦਾ ਜੀ, 2-4 ਦਿਨ ਸਾਂਭਣੀ ਪੈਣੀ, ਅਤੇ ਮਈ 20 ਹਜ਼ਾਰ ਮੰਦੀ ਮਿਲਦੀ, ਸਸਤੀ ਮਿਲਦੀ। ਠੀਕ ਹੈ ਜੀ, ਹਾਂਜੀ, ਅਤੇ ਪਹੁੰਚ 100 ਕਿਲੋਮੀਟਰ ਤੱਕ, ਨਾ 100 ਕਿਲੋਮੀਟਰ ਤੱਕ। ਠੀਕ ਹੈ ਜੀ, ਅਤੇ ਹੁਣ ਜਿਹੜੀ ਦੂਸਰੇ ਨੰਬਰ 'ਤੇ ਦਿਖਾਉਣੀ ਆ, ਇਹ ਵੀ ਜਿਹੜੀ ਝੋਟੀ ਸੋਹਣੀ ਆ,
ਪੂਰੇ ਸਰੀਰ ਤੇ ਬਰੀਕ ਬਰੀਕ ਨਾੜਾਂ ਜਿਹੜੀਆਂ ਇਹਦੇ ਵੀ ਸੋਹਣੀਆਂ ਵਾ। ਇਹਦਾ ਵਿਧੀ ਕਿੰਨਵਾਂ ਸੂਆ ਜੀ? ਇਹ ਵਿਧੀ ਦੂਜਾ ਸੂਆ ਸੋਣਾ ਜੀ, ਦੂਸਰਾ ਸੂਆ ਸੋਣਾ ਹੈ। ਇਹਦੇ ਵੀ 6 ਤਰੀਕ ਤੇ 10ਵੇਂ ਦੂਜਾ 4 ਤਰੀਕ ਤੇ 10ਵੇਂ ਨੇ ਪੂਰੇ ਜੀ। ਅੱਛਾ, ਇਹ ਵੀ ਅਜੇ ਹਫਤਾ 10 ਦਿਨ ਖੜਦੀ ਆ ਹਨਾ? ਇਹਨੇ 5-6 ਦਿਨ ਲੈਣੇ ਤੇ ਵੱਧ 5-6 ਨਹੀਂ ਲੈਣੇ ਮਹਾਂ ਜੀ। ਠੀਕ ਹੈ, ਤੇ ਇਹ ਕਿੰਨਾ ਦੁੱਧ ਵਧੂਗੀ? ਦੁੱਧ ਵੀਰ ਜੀ ਇਹਨੇ ਨਾਰਮਲ ਸੇਵਾ ਤੇ ਬਰਦਰਾ ਕੋਲੋਂ ਪੈਂਦਾ ਨਹੀਂ, ਚਵਾਇਆ ਦੁੱਧ ਵੈਰਕਾ ਵੀ ਤੇਰਾ ਟਿਵਾ ਕੋਲੋਂ ਝੋਟੀ ਚਵਾਈ ਗਈ। ਇਹ ਬਹੁਤ ਸਾਫ ਸੁਥਰੀ ਝੋਟੀ ਹੈ। ਠੀਕ ਹੈ, ਥਾਣਾ ਇਹਦੇ ਵੀ ਇੱਕ ਰੀ ਲੱਗ ਕੇ ਤਾਂ ਦੇਖ ਸਕਦੇ ਜੀ। ਤੇ ਇਹਦੀ ਕਿੰਨੇ ਚ ਪਹੁੰਚ ਕਰਨੀ ਫਿਰ? ਖੋਲ ਕੇ ਵਿਖਾ ਦਈਏ? ਚਲੋ ਪਹਿਲਾਂ ਮੋਲੀ ਦੱਸ ਦਈਏ ਫਿਰ ਦਿਖਾਉਂਦੇ ਖੋਲ ਕੇ। ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਸਮਝ ਦੇ ਹਿਸਾਬ ਨਾਲ ਪਸੰਦ ਕਰਕੇ ਵੇਖ ਚਾਖ ਕੇ ਫਿਰ ਹੀ ਆਪਣਾ ਪਸ਼ੂ ਖਰੀਦੇ ਜੀ। ਹਵਾਨਾ ਜਿਹੜਾ ਸੌਣ ਤੱਕਰ ਪੂਰਾ ਭਰੂਗੀ। ਅਤੇ ਹੁਣ ਜਿਹੜੀ ਆਪਾਂ ਤੁਹਾਨੂੰ ਦਿਖਾਉਣੀ ਆ ਤੀਸਰੇ ਨੰਬਰ 'ਤੇ, ਇਹ ਵੀ ਜਿਹੜੀ ਮੱਝ ਥੱਲਿਆਂ ਸੋਹਣੀ ਤਿਆਰ ਹੁੰਦੀ ਆ। ਬਾਕੀ ਥਣਾਂ ਦਾ ਸਾਈਜ਼ ਜਿਹੜਾ ਇਹਦਾ ਵੀ ਚੰਗਾ ਵਾ, ਆਹ ਦੇਖ ਸਕਦੇ ਜੀ। ਅਤੇ ਮਿਲਕ ਮੇਨ ਵੀ ਸੋਹਣੀ ਆ। ਇਹਨੇ ਵੀ ਤੀ ਕਿੰਨਵਾਂ ਸੂਆ ਸੋਣਾ ਜੀ? ਵੀਰ ਜੀ ਨੇ ਤੀਜੇ ਸੂਏ ਸੋਣਾ ਜੇ, ਬੰਦਿਆਂ ਨੇ ਰਾਜਸਥਾਨ ਤੋਂ ਲਿਆਂਦੀ ਹੈ ਪਹਿਲਾਂ ਝੂਟੀ। ਅੱਛਾ, ਐਰਕਾ ਤੀਜੇ ਸੂਏ ਸੋਣਾ ਜੇ। ਠੀਕ ਹੈ, ਮਹੀਂ ਦਾ ਇਹਦਾ ਵੀ 15-16 ਕਿਲੋ ਦਾ ਰਿਕਾਰਡ ਹੈ ਦੁੱਧ ਦਾ। ਅੱਛਾ ਹਾਂਜੀ, ਬਾਕੀ ਦੇਖ ਨਹੀਂ ਡਿਆ ਵੇਖੋ ਲੇਵਾ ਕਿੱਦਾਂ ਵਲੈਤੀ ਗਈਆਂ ਕੋਲ ਵਧੀ ਆ, 5-6 ਦਿਨ ਦੀ ਮੈਚ ਹੁੰਦੀ। ਅੱਜ ਸਾਰੀਆਂ 14-15 ਲੀਟਰ ਵਾਲੀਆਂ ਸਾਰੀਆਂ ਚੰਗੀਆਂ, ਵੇਖ ਲਓ ਤੁਹਾਡੇ ਸਾਹਮਣੇ ਕੋਈ ਝੂਠ ਵਾਲੀ ਗੱਲ ਹੀ ਨਹੀਂ ਹੈ। ਬਾਕੀ ਚਲੋ ਇੱਥੇ ਆ ਕੇ ਕੋਈ ਵੇਖ ਕੇ ਖੜੇ ਨਹੀਂ ਖੜੇ, ਜਿਹੜਾ ਵੀਰ ਆਊਗਾ ਛੱਡ ਕੇ ਜਾਊਗਾ, ਮਹੀਆਂ ਸਾਰੀਆਂ ਇੱਕ ਦੂਜੀ ਤਾਂ ਤੋਂ ਤਾਂ ਆ। ਇਹ ਕਿੰਨਾ ਟਾਈਮ ਲੱਗ ਜੀ ਸੁਣ ਚ? ਇਹਨੇ ਵੀ ਇੰਨੇ 5-6 ਦਿਨ ਲੈਣੇ ਜੀ। ਤੇ ਇਹਦੇ ਕਿੰਨੇ 'ਚ ਪਹੁੰਚ ਕਰ ਦੇਣੀ? ਇਹਦੀ ਮੈਂ 80,000 ਦੀ ਕਰਦੀ ਇੱਥੇ। 80 'ਚ ਕਰ ਦਿਓ ਮਾਨ ਕੁਛ ਫਿਰ। ਇਹਦੀ 75,000 'ਚ ਪਹੁੰਚ ਕਰ ਸਕਦੇ? ਅੱਛਾ, 75 'ਚ ਪਹੁੰਚ ਕਰ ਦੋਗੇ? ਦੇਖੋ ਮਹੀਂ ਕਿੱਦਾਂ ਦੀ ਹੈ, ਲਿਆ ਫਿਰ ਖੋਲੋ ਹਾਂ ਤੋਰ ਦੀ ਹੈ ਕਰੀ ਨਾ। ਅਜੇ ਹਵਾਨਾ ਇਹਨੇ ਵੀ ਭਰਨਾ ਵਾ ਸੌਣ ਤੱਕਰ। ਬਾਕੀ ਕੱਦ ਕਾਠ ਵੀ ਜਿਹੜਾ ਇਹਦਾ ਚੰਗਾ ਵਾ, ਥੱਲੇ ਹਵਾਨਾ ਜਿਹੜਾ ਚੰਗਾ ਖੁੱਲ੍ਹਾ ਤਿਆਰ ਕਰਨ ਦੀ ਹੈ। ਠੀਕ ਹੈ ਵੀਰ ਜੀ, ਲੈ ਜਾਓ ਕੰਮਾਂ ਕਰ। ਹਾਂ ਦੇਖ ਸਕਦੇ, ਹਾਂ ਦੇਖ ਸਕਦੇ ਹਵਾਨਾ ਇਹਦਾ ਇੱਕ ਵਾਰੀ ਥੱਲੇ। ਤੇ ਹੁਣ ਇੱਕ ਮੱਝ ਤੁਹਾਨੂੰ ਐਂਡ ਤੇ ਇੱਕ ਸੂਈ ਦਿਖਾਉਣੀ ਆ। ਹਾਂ ਦੇਖ ਸਕਦੇ ਜੀ, ਇਹ ਵੀ ਇਹਦੀ ਕਿੰਨਵਾਂ ਸੂਆ ਸੂਈ ਜੀ? ਇਹ ਵੀਰ ਜੀ ਤੀਜਾ ਸੂਆ ਸੂਈ ਜੀ, ਤੀਸਰਾ ਸੂਆ ਸੂਈ ਆ। ਹਾਂਜੀ, ਤੇ ਇਹਦੇ ਕੋਲ ਕਿੰਨਾ ਦੁੱਧ ਮੌਕੇ ਤੇ ਤਿਆਰ ਜੀ? ਦੁੱਧ ਵੀਰ ਜੀ 10 ਕਿਲੋ ਤਿਆਰ ਬਿਲਕੁਲ, 5-6 ਦਿਨ ਸੂਈ ਨੂੰ ਜੀ, 5-6 ਦਿਨ ਸੂਈ ਨੂੰ ਤਸੱਲੀ ਕਰਾ ਕੇ ਦਵਾਂਗੇ। ਇਹ ਕਿੰਨਾ ਦੁੱਧ ਕਰ ਜੂਗੀ? ਦੁੱਧ ਵੀਰ ਜੀ 12-13 ਕਿਲੋ ਦੇ ਜੀ। 12-13 ਲੀਟਰ ਦੇ ਜੂਗੀ? ਹਾਂਜੀ, ਖੋਲਦੀਆਂ ਫਿਰ ਤੋਰਦੀਆਂ ਨੇ ਥਾਣ, ਦੇਖ ਸਕਦੇ ਇਹਦੇ ਇੱਕ ਵਾਰੀ ਲੱਗੇ ਤਾਂ ਮੌਕੇ ਤੇ ਜਿਹੜਾ 10 ਲੀਟਰ ਤਿਆਰ ਦੱਸਦੇ, ਬਾਕੀ ਸੂਈ ਸਵਾਈ ਹੈ। ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਕੜੋ। ਇੱਕ ਮੱਝ ਉਹ ਵੀ ਦਹੀਂ ਆਉਣ, ਉਹ ਵੀ ਤੁਹਾਨੂੰ ਹੁਣੇ ਦਿਖਾਉਂਦੇ ਹਾਂ। ਆਹ ਜਿਹੜਾ ਇਹਦਾ ਬੱਚਾ ਜੀ, ਇਸ ਤਰ੍ਹਾਂ ਹੀ ਭਾਵੇਂ ਇੱਥੇ ਹੀ ਥੱਲੇ ਬਹਿ ਜਾਓ। ਹਾਂ ਦੇਖ ਸਕਦੇ ਚਾਰੇ ਥਾਣਾਂ ਦਾ ਚਵਾ ਜਿਹੜਾ ਬਿਲਕੁਲ ਸਾਫ਼ ਆ। ਇਸ ਤਰ੍ਹਾਂ ਹੀ ਰੱਸੀ ਛੱਡ ਦਿਓ ਭਾਵੇਂ। ਠੀਕ ਹੈ ਜੀ,
ਠੀਕ ਲੈ ਜਾ ਵੀ ਆ ਵੀ ਮੱਝ ਜਿਹੜੀ ਪਹੁੰਚ ਗਈ ਨੀਲੀ ਦੀ ਮੱਝ ਜਿਹੜੀ ਹੁਣ ਆਈ ਆ ਇੱਕ ਤੇ ਇਹਦੀ ਕਿੰਨੇ ਚ ਪਹੁੰਚ ਕਰ ਦੇਣੀ ਵੀਰ ਜੀ ਫਿਰ 70,000 ਚ ਪਹੁੰਚ ਕਰ ਦੋਗੇ ਹਾਂਜੀ ਠੀਕ ਆ ਜੀ ਹੋ ਜੂ ਮਾਨਤਨ ਵਿੱਚ ਹੋਰ ਹੋਰ ਯਾਰ ਛੱਡ ਦਾਂਗੇ ਨਹੀਂ ਬਹੁਤ ਚੰਗੀ ਆ ਅੰਦਰ ਹੀ ਕਰ ਦੋਗੇ 70 ਤਾਂ ਹਾਂਜੀ ਨਹੀਂ ਬਹੁਤ ਚੰਗੀ 10 ਕਿਲੋ ਦੁੱਧ ਹੋਣੀ ਹੋਏਗਾ ਠੀਕ ਹੈ ਜੀ ਕਰੇਗਾ ਬਰਦਰਾ ਕੋਲ ਨਹੀਂ ਦੁੱਧਿਆ ਸਭ ਪੱਖੋਂ ਵੀ ਚੰਗੀ ਆ ਠੀਕ ਹੈ ਲੈ ਜਾ ਫਿਰ ਤੇ ਬਾਕੀ ਥਾਂ ਥੋਂ ਪੂਰੇ ਜੇ ਮੈਂ ਵੇਚ ਜਾ ਰਿਹਾ ਆ ਜੋ ਪਿਛਲਾ ਪਿਛਲਾ ਖਲੀ ਕਰੇ ਆਪਣੀ ਇਹ ਜੀ ਨੇ ਕਹਿੰਦੇ ਕਿ ਕੋਈ ਤਸੱਲੀ ਕਰਕੇ ਖੜੇ ਅਗਲੇ ਨਾਲ ਅਗਲਾ ਚੋਲੇ ਤੇ ਪਿਛਲੇ ਨਾਲ ਪਿਛਲਾ ਚੋਲੇ ਵੀ ਮੱਝ ਤਾਂ ਦਿਖਾ ਦਈਏ ਫਿਰ ਤੁਹਾਨੂੰ ਗਾਵਾਂ ਦਿਖਾਉਣੀ ਦਿਖਾਉਣੀ ਵੀਰ ਜੀ ਆ ਵੀ ਮੱਝ ਫਿਰ ਉਹ ਵੀਰ ਜੀ ਅਗਲੀ ਮਹੀਂ ਅਗਲੀ ਵੀਡੀਓ ਚ ਵਿਖਾਵਾਂਗਾ ਉਹਦਾ ਬੱਚਾ ਮਰਿਆ ਝੋਟੀ ਦਾ ਅੱਛਾ ਸੂਈ ਅੰਮੀ ਨੇ ਦੀ ਦੁੱਧ 8-9 ਕਿਲੋ ਹੈਗਾ ਆ ਅੱਛਾ ਤੇ ਉਹਨਾਂ ਘਰ ਤੋਂ ਪਹਾੜੇ ਤੇ ਮਿਲੀ ਹੁਣ ਆਪਣੇ ਘਰ ਚੋਵਾਂਗੇ ਦੋੜਾਂਗੇ ਤਸੱਲੀ ਕਰਾਂਗੇ ਅੱਛਾ ਥੋੜੀ ਸੈੱਟ ਕਰਕੇ ਵੇਚੋਗੇ ਫਿਰ ਹਾਂਜੀ ਠੀਕ ਹੈ ਚਲੋ ਫਿਰ ਗਾਵਾਂ ਦਿਖਾ ਦਈਏ ਫਿਰ ਕਿੰਨਾ ਚ ਦੁੱਧ ਇਹਦੇ ਕੋਲ ਇਹਨੇ ਵੀਰ ਜੀ 8 ਕਿਲੋ ਦੁੱਧ ਹੈਗਾ ਦੁੱਧ 8 ਕਿਲੋ ਪੱਕਾ ਇਹਦੇ ਕੋਲ ਕੋਈ ਤਸੱਲੀ ਕਰਕੇ ਖੜੇ ਬਾਕੀ ਦੋ ਡੰਗ ਕੋਈ ਤਸੱਲੀ ਕਰ ਲੈ ਤੇ ਜੇ 8 ਲੀਟਰ ਦੁੱਧ ਨਾ ਨਿਕਲੇ ਤੇ ਵੀਰ ਜੀ ਪਿਓ ਕੇ ਖੜੇ ਜੇ ਹੋਏਗਾ ਤਾਂ ਲੈ ਜਾਏਗਾ ਨਾ ਹੋਏਗਾ ਰਹਿਣ ਦੇ ਅੱਛਾ ਹੋਏ ਵੀ ਗੱਲ ਸਹੀ ਹੈ ਤੁਹਾਡੀ ਦੋ ਡੰਗ ਚੋਲੇ ਹਾਂਜੀ ਹਾਂਜੀ ਬਾਕੀ ਵੱਛੀ ਚੰਗੀ ਹੈ ਵੱਛੀ ਦਾ 10 ਕਿਲੋ ਦੇਗੀ ਕੋ ਸੇਵਾ ਕਰੇਗਾ ਸੂਈ ਨੂੰ ਪਤਾ ਨਹੀਂ ਹੁਣ ਮਹੀਨਾ ਹੋ ਗਿਆ ਡੇਢ ਹੋ ਗਿਆ ਨਾ ਕੋਲ ਬੱਚਾ ਮਰੀ ਜਿੱਦਾਂ ਲਈ ਉਦਾਂ ਹੀ ਦੇ ਦੇ ਠੀਕ ਹੈ ਜੀ ਖੋਲੋ ਹਾਂ ਫਿਰ ਤੋਰੀਏ ਤੇ ਚੋਣ ਲੱਗਿਆ ਖਰਾਬ ਤੇ ਨਹੀਂ ਕਰਦੀ ਕੋਈ ਨਾ ਵੀਰ ਜੀ ਤਾਂ ਮੇਰੇ ਬੋਠ ਨਹੀਂ ਹੈ ਠੀਕ ਹੈ ਜੀ ਬੱਚਾ ਨਹੀਂ ਜਿਹੜਾ ਇਹਦਾ ਹੈਗਾ ਤੇ ਸੂਆ ਜਿਹੜਾ ਇਹਦਾ ਪਹਿਲਾਂ ਹੀ ਦੱਸ ਦੇ ਆ ਦੱਦਾ ਜਾ ਰਹੇ ਬਾਕੀ ਉਂਝ ਜਿਹੜੀ ਕੱਦ ਕਾਠ ਦੀ ਜਿਹੜੀ ਚੰਗੀ ਆ ਬਾਕੀ ਸੂਈ ਸਵਾਈ ਆ ਇੱਥੇ ਆ ਕੇ ਤਸੱਲੀ ਕਰਕੇ ਖੜਾ ਠੀਕ ਹੈ ਵੀਰ ਜੀ ਲੈ ਜਾ ਜੀ ਆਹ ਜਿਹੜੀ ਮੱਝ ਆ ਇਹ ਅਗਲੀ ਵੀਡੀਓ 'ਚ ਕਹਿੰਦੇ ਪਾਉਣੀ ਆ ਬਾਕੀ ਜੇ ਕਿਸੇ ਵੀਰ ਨੇ ਪੁੱਛਣਾ ਵੀ ਇਹਦੇ ਬਾਰੇ ਦੇ ਉੱਤੇ ਤਾਂ ਪੁੱਛ ਵੀ ਸਕਦਾ ਵਾ ਉਂਝ ਜਿਹੜਾ ਬੋਡੀ ਵੇਟ ਵੀ ਠੀਕ ਆ ਨੀਲੀ ਦੀ ਝੋਟੀ ਆ ਜਿਹੜੀ ਇਹ ਕੁੰਡਾ ਸਿੰਘ ਆ ਬਿਲਕੁਲ ਹਾਂ ਦੇਖ ਸਕਦੇ ਜੀ ਅੱਖਾਂ ਵੀ ਬਿੱਲੀਆਂ ਵਾ ਇਹਦੇ ਵੀ ਵੀਰ ਜੀ ਪਹੁੰਚ ਵਿੱਚ ਹੀ ਕਰਨੀ ਜੀ ਕਰਦਾਂਗੇ ਜੀ ਕਿ ਜੋੜੇ ਦੀ ਕਰਨੀ ਜੀ ਜੋੜਾ ਨੂੰ ਜੋੜੇ ਦੀ ਕਰ ਦਾਂਗੇ ਕੱਲੀ ਕੱਲੀ ਦੋ ਕੱਲੀ ਕੱਲੀ ਦੀ ਕਰ ਦਾਂਗੇ ਠੀਕ ਆ ਇਹਦੇ ਕਿੰਨੇ ਕਿਚ ਕਰਦੇ ਨੇ ਪਹੁੰਚ ਇਹਦੀ 22000 ਤੇ ਅੱਛਾ 22000 ਚ ਪਹੁੰਚ 100 ਕਿਲੋਮੀਟਰ ਤੱਕ 100 ਕਿਲੋਮੀਟਰ ਤੇ ਦੁੱਧ 8 ਲੀਟਰ ਮੁੱਕੇ ਦੇ ਚੁਆ ਕੇ ਤਸੱਲੀ ਕਰਾ ਕੇ ਦਊਂਗਾ ਤੇ ਆ ਜਿਹੜੀ ਹੁਣ ਇਹਦੇ ਕੋਲ ਕਿੰਨਾ ਜੀ ਦੁੱਧ ਇਹਦੇ ਕੋਲ ਵੀਰ ਜੀ 8 ਕਿਲੋ ਆ ਇਹਦੇ ਕੋਲ ਵੀ 8 ਲੀਟਰ ਹੈਗਾ ਪੱਕਾ ਦੁੱਧ ਚੁਆ ਕੇ ਤਸੱਲੀ ਕਰਾ ਕੇ ਦਊਂ ਮੈਂ ਆਪਣੇ ਘਰ ਅੱਛਾ ਇੱਥੇ ਤਸੱਲੀ ਕਰਕੇ ਖੜੇ ਕੋਈ ਹੈ ਨਾ ਸੋਈਆਂ ਸਵਾਈਆਂ ਵਾ ਜਿਸ ਤਰ੍ਹਾਂ ਮਰਜ਼ੀ ਕੋ ਤਸੱਲੀ ਕਰ ਲੈ ਠੀਕ ਹੈ ਖੋਲ ਦਹਾਂ ਫਿਰ ਤੋੜ ਲਈਏ ਇਹਦਾ ਵੀ ਨਹੀਂ ਬੱਚਾ ਹੈਗਾ ਇਹਦਾ ਬੱਚਾ ਨਹੀਂ ਹਾਂ ਥਾਂ ਦੇ ਅੰਦਰ ਜਗ੍ਹਾ ਥੋੜੀ ਜੀ ਤੰਗੀ ਚ ਆ ਗਈ ਤੇ ਪਸ਼ੂ ਜਿਹੜੇ 3-4 ਇਕੱਠੇ ਜੇ ਆ ਗਏ ਆਹ ਵਾਲੀ ਝੋਟੀ ਬੱਚੇ ਤੋਂ ਬਗੈਰ ਲੈ ਜਾ ਵੀਰ ਜੀ ਘੁਮਾ ਕੇ ਇਹਨੂੰ ਇਹਦਾ ਕੀ ਮੁੱਲ ਜੇ ਵੀਰ ਜੀ ਫਿਰ ਇਹਦਾ 22000 ਜੀ ਅੱਛਾ ਇਹਦਾ 22000 ਹੀ ਆ ਕਿ ਜੋੜਾ ਲੈ ਜਾਊਗਾ ਜੋੜੇ ਦੇ ਕਿੰਨੇ ਚ ਕਰੋਗੇ ਪਹੁੰਚ ਜੋੜੇ ਦੀ 40000 ਚ ਪਹੁੰਚ ਕਰਾਂਗੇ ਅੱਛਾ ਜੋੜੇ ਦੀ 40 ਚ ਪਹੁੰਚ ਕਰੋਗੇ ਵੇਖੋ 80 ਛੱਡੀ ਦੀ ਰੀ ਆ ਠੀਕ ਹੈ ਜੀ ਠੀਕ ਹੈ ਵੀਰ ਜੀ ਹੋਰ ਕੁਝ ਕਹਿਣਾ ਜੀ ਫਿਰ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਵੇਚ ਚਾਕ ਕੇ ਫਿਰ ਪਸ਼ੂ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ